आम आदमी पार्टी ने जलंधर भी फतेह कर लिया। कांग्रेस तो ना खुश सी या आम आदमी पार्टी तो जलंधर वासी ज्यादा ही खुश सी? आम आदमी पार्टी ने कटारू चक उन्होंने उत्ते कोई एक्शन नहीं लिया। हुन इलेक्शन मुक गए ने, आम आदमी पार्टी जीत गई है। सवाल हजे भी खड़ा है कि कटारू चक उन्होंने उस वीडियो के आने तो बाद हुन काम आम आदमी पार्टी उन्होंने खिलाफ की एक्शन लें। जे आप सुखपाल खहरा की गल करिए, उन्होंने वीडियो सौंपण की गल करिए, उस वेले वीडियो सौंपी गई जिस वेले प्रचार चल रहा है। कि ये कह सकते हैं कि प्रचार दे विच आप दी छवि नू खराब करन दी नीति सी या फिर कोई होर वजह सी? वन इंडिया पंजाबी देख रहे हो तुसी, मैं साहिब सिंह। ते जलंधर जिमनी चोण नू लैके चर्चा बनी हुई है, केड़ी पार्टी बाजी मारेगी इस उत्ते? हुण तां फतवा देना ही रह गया। उदा आम आदमी पार्टी जिथे शोर मचदा दिखाई दे रहा सी, असी समर्थकां नूं भी मिल के आए हाँ, उन्हां विच जिहड़ा उत्साह सी उह साफ दस रहा है कि आम आदमी पार्टी ने जलंधर भी फतेह कर लिया। क्यों कीता? 8 साल 9 साल का जिहड़ा कांग्रेस का रुझान सी किस तरह टुटिया आ, वह जानने की कोशिश करते हैं। साडे नाल सीनियर पत्रकार राजीव भास्कर जी ने। भास्कर जी, ਜਿਹੜੇ ਹੁਣ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ ਵੋਟ, ਜਿਹੜੇ ਕਾਊਂਟ ਹੋ ਰਹੇ ਨੇ, ਉਸ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹੈ ਪਹਿਲੇ ਨੰਬਰ 'ਤੇ ਆ ਚੁੱਕੀ ਹੈ। ਹੁਣ ਜਿਹੜਾ ਪਿਛਲਾ 8-9 ਸਾਲ ਦਾ ਇਤਿਹਾਸ ਹੈ ਕਾਂਗਰਸ ਦਾ ਜਲੰਧਰ ਦੇ ਵਿੱਚ, ਜਲੰਧਰ ਦਾ ਗੜ੍ਹ ਮੰਨਿਆ ਜਾਂਦਾ, ਅਤੇ ਜਲੰਧਰ ਦੇ ਗੜ੍ਹ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਦੇ ਝੰਡੇ ਝੂਲ ਰਹੇ, ਕਿਸ ਤਰ੍ਹਾਂ ਦੇਖ ਰਹੇ ਹੋ? ਦੇਖੋ, ਜੇ ਜੀਵਨੀ ਚੋਣਾਂ ਸੀ, ਬਿਲਕੁਲ ਠੀਕ ਤੁਸੀਂ ਕਹਿ ਰਹੇ ਹੋ ਕਿ ਇਹ ਜਲੰਧਰ ਖਾਸ ਕਰਕੇ ਕਾਂਗਰਸ ਦਾ ਗੜ੍ਹ ਮੰਨਿਆ ਜਾਂਦਾ ਹੈ, ਕਿ ਹੁਣੇ ਤੱਕ ਆਜ਼ਾਦੀ ਤੋਂ ਬਾਅਦ ਜਿੰਨੀ ਵਾਰ ਵੀ ਇਲੈਕਸ਼ਨ ਹੋਈ ਹੈ ਉਹਦੇ ਵਿੱਚ ਮੈਕਸੀਮਮ ਟਾਈਮ ਕਾਂਗਰਸ ਇੱਥੋਂ ਇਲੈਕਸ਼ਨ ਜਿੱਤੀ ਹੈ। ਇਹ ਚੌਧਰੀ ਸੰਤੋਖ ਸਿੰਘ ਦੇ ਦੇਹਾਂਤ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ। 11 ਮਹੀਨੇ ਦੇ ਵਾਸਤੇ ਇਹ ਇਲੈਕਸ਼ਨ ਸੀਗਾ। ਆਮ ਆਦਮੀ ਪਾਰਟੀ ਦੀ ਸਰਕਾਰ 14 ਮਹੀਨੇ ਪਹਿਲੇ ਸੂਬੇ ਦੇ ਵਿੱਚ ਬਣੀ ਸੀ। ਹੁਣ ਪਹਿਲਾ MP ਨੈਸ਼ਨਲ ਪਾਰਟੀ ਦਾ ਸਟੇਟਸ ਲੈਣ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਪਹਿਲਾ MP ਲੋਕ ਸਭਾ ਦੇ ਵਿੱਚ ਐਂਟਰ ਹੋ ਰਿਹਾ। ਇਹ ਆਪਣੇ ਆਪ ਵਿੱਚ ਆਮ ਆਦਮੀ ਪਾਰਟੀ ਵਾਸਤੇ ਵੱਡੀ ਗੱਲ ਵੀ ਹੈਗੀ ਹੈ, ਕਿਉਂਕਿ ਉਸ ਤੋਂ ਪਹਿਲੇ ਭਗਵੰਤ ਮਾਨ ਸੀਗੇ। ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸੰਗਰੂਰ ਬਾਈ ਇਲੈਕਸ਼ਨ ਹਾਰ ਜਾਣਾ ਉਹ ਇੱਕ ਬੜੀ ਵੱਡੀ ਸੈਟਬੈਕ ਸੀਗੀ ਆਮ ਆਦਮੀ ਪਾਰਟੀ ਦੇ। ਉਸ ਸੈਟਬੈਕ ਤੋਂ ਹੁਣ ਰਿਕਵਰੀ ਦੇ ਰੂਪ ਵਿੱਚ ਆਪਾਂ ਦੇਖ ਸਕਦੇ ਹਾਂ, ਭਾਵੇਂ 11 ਮਹੀਨੇ ਦੇ ਵਾਸਤੇ ਹੀ ਹੈ, ਪਰ ਨਾਲ ਦੇ ਨਾਲ ਇਹ ਵੀ ਧਿਆਨ ਰੱਖਣਾ ਪਏਗਾ ਆਮ ਆਦਮੀ ਪਾਰਟੀ ਵਾਸਤੇ ਇੱਕ ਵੱਡੀ ਚੁਣੌਤੀ ਦੇ ਰੂਪ ਵਿੱਚ ਇਹ ਇਲੈਕਸ਼ਨ ਜਿੱਤਣਾ ਹੈਗਾ, ਕਿਉਂਕਿ 11 ਮਹੀਨੇ ਦੇ ਵਿੱਚ ਉਹ ਕੀਤੇ ਹੋਏ ਵਾਅਦੇ, ਖਾਸ ਕਰਕੇ ਜਲੰਧਰੀਆਂ ਨੂੰ, ਜਲੰਧਰ ਦੇ ਵਾਸੀਆਂ ਨੂੰ ਜਿਹੜੇ ਕੀਤੇ ਨੇ ਉਹ ਪੂਰੇ ਕਰਨੇ ਪੈਣੇ ਆ, ਕਿਉਂਕਿ 2024 ਦੇ ਵਿੱਚ ਫਿਰ ਦੁਬਾਰਾ ਜਦ ਤੁਸੀਂ ਲੋਕਾਂ ਨੂੰ ਵੋਟ ਮੰਗਣ ਜਾਓਗੇ ਤੁਹਾਨੂੰ ਕਹਿਣਾ ਪਏਗਾ ਕਿ 11 ਮਹੀਨੇ ਦੇ ਵਿੱਚ ਕੀ ਕੀਤਾ। ਅੱਛਾ ਭਾਸਕਰ ਜੀ, ਹੁਣ ਯਾ ਤਾਂ ਇਹ ਕਹਿ ਦਈਏ ਕਿ ਕਾਂਗਰਸ ਤੋਂ ਨਾ ਖੁਸ਼ ਸੀ ਜਾਂ ਕਾਂਗਰਸ ਤੋਂ ਨਾ ਖੁਸ਼ ਸੀ ਜਾਂ ਫਿਰ ਆਮ ਆਦਮੀ ਪਾਰਟੀ ਤੋਂ ਕੁਝ ਜ਼ਿਆਦਾ ਹੀ ਖੁਸ਼ ਸੀ, ਕੀ ਅਨੁਮਾਨ ਲੱਗਦਾ ਕਿ ਲੋਕਾਂ ਦਾ ਰੁਝਾਨ ਇੱਕਦਮ ਕਾਂਗਰਸ ਤੋਂ ਬਦਲ ਕੇ, ਕਿਉਂਕਿ ਫਰਕ ਬਹੁਤ ਘੱਟ ਆ ਦੋਵਾਂ ਪਾਰਟੀਆਂ ਦੇ ਵਿੱਚ ਵੋਟਾਂ ਦੇ ਵਿੱਚ? ਨਹੀਂ, ਦੇਖੋ ਗੱਲ ਹੁੰਦੀ ਹੈ ਨੈਰੇਟਿਵ ਦੀ। ਕੋਈ ਵੀ ਇਲੈਕਸ਼ਨ ਲੜੇ ਜਾਂਦੇ ਨੇ ਕਿਸੇ ਨੈਰੇਟਿਵ ਨੂੰ ਸੈੱਟ ਕਰਕੇ ਲੜੇ ਜਾਂਦੇ ਨੇ। ਜਿੱਥੇ ਤੱਕ ਗੱਲ ਕਾਂਗਰਸ ਦੀ ਕਰੀਏ ਤਾਂ 9 ਸਾਲ ਤੋਂ ਲਗਾਤਾਰ ਕਾਂਗਰਸ ਦੇ MP ਸੀ ਇੱਥੋਂ, ਹੁਣ 10ਵਾਂ ਸਾਲ, ਯਾਨੀ 1 ਸਾਲ ਵਾਸਤੇ ਇਲੈਕਸ਼ਨ ਹੋ ਰਹੇ ਸੀ। ਕਾਂਗਰਸ ਨੂੰ ਚਾਹੀਦਾ ਸੀਗਾ ਕਿ 9 ਸਾਲ ਦੇ ਵਿੱਚ ਆਪਣੇ ਕੀਤੇ ਹੋਏ ਕੰਮਾਂ ਦੇ ਬਤੌਰ MP ਉਹ ਗਿਣਾ ਕੇ ਵੋਟ ਮੰਗਦੇ। ਕਾਂਗਰਸ ਨੇ ਇੱਕ ਨੈਗੇਟਿਵ ਕੰਪੇਨ ਚਲਾਇਆ, ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਉਣ ਦੀ ਗੱਲਾਂ ਕੀਤੀ। ਸ਼ਾਇਦ ਲੋਕਾਂ ਦੇ ਵਿੱਚ ਇਹ ਗੱਲਾਂ ਸਹੀ ਤਰੀਕੇ ਨਾਲ ਨਹੀਂ ਗਈਆਂ। ਲੋਕਾਂ ਨੇ ਆਪਣੇ ਆਪ ਨੂੰ ਪੁੱਛਿਆ ਵੀ ਕਿਸ ਗੱਲ ਦਾ ਸਬਕ ਸਿਖਾਈਏ। 14 ਮਹੀਨੇ ਦੇ ਵਿੱਚ ਜੋ ਸੂਬੇ ਦੀ ਸਰਕਾਰ ਆਈ ਹੈ, ਬਿਜਲੀ ਬਿੱਲ ਜਿਹੜੇ 300 ਯੂਨਿਟ ਪਰ ਮੰਥ ਮਾਫ਼ ਕੀਤੇ, ਮੈਨੂੰ ਇਹ ਲੱਗਦਾ ਕਿ ਲੋਕਾਂ ਦੇ ਵਿੱਚ ਇਹ ਪ੍ਰਭਾਵ ਗਿਆ ਕਿ ਇੱਕ ਨਵੀਂ ਬਦਲਾਵ ਦੀ ਸਰਕਾਰ ਨੂੰ ਅਸੀਂ ਲੈ ਕੇ ਆਏ ਹਾਂ। ਉਹਨਾਂ ਨੇ ਘੱਟ ਤੋਂ ਘੱਟ ਇਹ ਸਭ ਤੋਂ ਵੱਡਾ ਵਾਅਦਾ 1 ਸਾਲ ਦੇ ਵਿੱਚ ਪੂਰਾ ਕਰਤਾ, ਅਤੇ ਫਿਰ ਇਸ ਪਾਰਟੀ ਨੂੰ ਹੀ ਅਜਮਾ ਕੇ ਦੇਖਣਾ ਚਾਹੀਏ, ਕਿਉਂਕਿ ਕਾਂਗਰਸ ਨੂੰ ਤਾਂ 9 ਸਾਲ ਉਹਨਾਂ ਨੇ ਅਜਮਾ ਕੇ ਦੇਖ ਲਿਆ। ਅੱਛਾ ਭਾਸਕਰ ਜੀ, ਇਸ ਗੱਲ ਦਾ ਜਿਹੜਾ ਜਵਾਬ ਦਿਓ ਕਿ ਕੀ ਕਾਂਗਰਸ ਤੋਂ ਨਾ ਖੁਸ਼ ਸੀ ਜਾਂ ਆਮ ਆਦਮੀ ਪਾਰਟੀ ਤੋਂ ਜਲੰਧਰ ਵਾਸੀ ਜ਼ਿਆਦਾ ਹੀ ਖੁਸ਼ ਸੀ, ਇਹ ਕੀ ਕਿਸ ਤਰ੍ਹਾਂ ਦਾ ਰੁਝਾਨ ਰਿਹਾ ਜਾਂ ਆਮ ਆਦਮੀ ਪਾਰਟੀ ਇੱਕਦਮ ਪਹਿਲੇ ਨੰਬਰ 'ਤੇ ਆ ਗਈ? ਦੇਖੋ, ਫਿਰ ਉਹੀ ਗੱਲ ਆਉਂਦੀ ਹੈ ਨੈਰੇਟਿਵ ਦੀ, ਕਿਉਂਕਿ ਕੀ ਸਰਕਾਰ ਜਲੰਧਰ ਦੇ ਇਸ ਇਲੈਕਸ਼ਨ ਦੇ 1 ਸਾਲ ਦੇ ਵਿੱਚ ਕਿਹੜੀ ਸਰਕਾਰ ਜਾਂ ਕਿਹੜੀ ਸਰਕਾਰ ਦਾ MP ਕੁਛ ਜਲੰਧਰ ਨੂੰ ਦੇ ਸਕਦਾ? ਇਹ ਨੈਰੇਟਿਵ ਸਿਰਫ 2 ਪਾਰਟੀਆਂ ਦਾ ਸੈੱਟ ਸੀਗਾ, ਕਿਉਂਕਿ BJP ਜਿਹਦੀ ਕੇਂਦਰ ਦੇ ਵਿੱਚ ਸਰਕਾਰ ਹੈ, ਜੇ ਉਹ ਜਿੱਤਦੀ ਤਾਂ ਉਹ ਜਨਤਾ ਦੇ ਨਾਲ, ਖਾਸ ਕਰਕੇ ਜਲੰਧਰੀਆਂ ਦੇ ਨਾਲ ਕੀਤੇ ਹੋਏ ਵਾਅਦੇ ਨੂੰ ਪੂਰਾ ਕਰ ਸਕਦੀ ਸੀ। ਦੂਜੀ ਸਰਕਾਰ ਆਮ ਆਦਮੀ ਪਾਰਟੀ ਦੀ, ਜਿਹੜੀ ਸੂਬੇ ਦੇ ਵੀ ਸਰਕਾਰ ਹੈ, ਉਹਦੇ ਵਿੱਚ ਵੀ ਲੋਕਾਂ ਨੇ ਇਹੀ ਦੇਖਿਆ ਕਿ ਜੋ ਕੁਝ ਅਗਰ ਜਲੰਧਰ ਦਾ ਭਲਾ ਕਰ ਸਕਦੀ ਹੈ ਸੂਬੇ ਦੀ ਸਰਕਾਰ ਕਰ ਸਕਦੀ ਹੈ। ਸੂਬੇ ਦੀ ਸਰਕਾਰ ਜਾਂ ਮੁੱਖ ਮੰਤਰੀ ਨੇ ਜਿਹੜੇ ਵਾਅਦੇ ਕੈਂਪੇਨ ਦੇ ਦੌਰਾਨ ਜਲੰਧਰ ਦੇ ਲੋਕਾਂ ਨੂੰ ਕੀਤੇ ਸੀਗੇ ਉਹ ਹੁਣ 11 ਮਹੀਨੇ ਵਿੱਚ ਕਿੱਦਾਂ ਪੂਰਾ ਕਰਦੇ ਨੇ, ਇਹ ਇੱਕ ਵੱਡੀ ਚੁਣੌਤੀ ਆਮ ਆਦਮੀ ਪਾਰਟੀ ਵਾਸਤੇ ਜ਼ਰੂਰ ਆ ਗਈ। ਅੱਛਾ, ਵਿਰੋਧੀਆਂ ਦੀ ਗੱਲ ਕਰਦੇ ਹਾਂ, ਵਿਰੋਧੀਆਂ ਵੱਲੋਂ ਇਲਜ਼ਾਮ ਲਾਏ ਗਏ ਤੁਸੀਂ ਗਰਦਾਵਰੀ ਨਹੀਂ ਕਰਵਾਈ, ਤੁਸੀਂ 1,000 ਰੁਪਈਆ ਬੀਬੀਆਂ ਨੂੰ ਨਹੀਂ ਦਿੱਤਾ, ਇਹ ਚੀਜ਼ਾਂ ਲੈ ਕੇ ਵਿਰੋਧੀ ਸਾਹਮਣੇ ਵੀ ਆਏ ਨੇ, ਵਿਰੋਧ ਕੀਤਾ ਗਿਆ ਪ੍ਰਚਾਰ ਦੌਰਾਨ,
ਕੀ ਇਹਨਾਂ ਗੱਲਾਂ ਦਾ ਕੋਈ ਅਸਰ ਨਹੀਂ ਹੋਇਆ ਆਮ ਆਦਮੀ ਪਾਰਟੀ ਦੇ ਪ੍ਰਚਾਰ ਵਿੱਚ ਜਾਂ ਉਹਨਾਂ ਦੇ ਜਲੰਧਰ ਦੇ ਵਿੱਚ ਉਹਨਾਂ ਦੇ ਅਸਤਿਤਵ ਦੇ ਉੱਤੇ? ਜਿੱਥੇ ਤੱਕ ਗਿਰਦਾਵਰੀ ਦੀ ਗੱਲ ਹੈਗੀ ਹੈ, ਕੁਛ ਜਗ੍ਹਾ 'ਤੇ ਪੇਮੈਂਟ ਹੋਈ ਵੀ ਹੈ, ਔਰ ਮੈਨੂੰ ਇਹ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੇ ਉੱਤੇ ਲੋਕਾਂ ਨੇ ਇਸ ਕਰਕੇ ਵਿਸ਼ਵਾਸ ਕੀਤਾ ਕਿ ਇਸ ਸਰਕਾਰ ਨੇ ਘੱਟ ਤੋਂ ਘੱਟ ਗਿਰਦਾਵਰੀਆਂ ਕਰਾਉਣੀ, ਕਈ ਜਗ੍ਹਾ ਸ਼ੁਰੂ 'ਤੇ ਕਰਤੀ ਸੀਗੀ ਜਾਂ ਕਈਆਂ ਨੂੰ ਪੇਮੈਂਟ ਚਲੀ ਵੀ ਗਈ ਸੀ, ਉਹਦਾ ਅਸਰ, ਕਿਉਂਕਿ ਜਦ ਤੁਸੀਂ ਵਿਰੋਧੀ ਪਾਰਟੀ ਦੇ ਤੌਰ 'ਤੇ, ਖਾਸ ਕਰਕੇ ਸੂਬੇ ਦੇ ਵਿੱਚ ਵਿਰੋਧੀ ਪਾਰਟੀ ਦੇ ਤੌਰ 'ਤੇ, ਕਿੰਨੀ ਮੁੱਦਿਆਂ ਦੇ ਉੱਤੇ ਅਗਰ ਤੁਸੀਂ ਕਿਸੇ ਪਾਰਟੀ ਨੂੰ ਘੇਰਦੇ ਹੋ ਤਾਂ ਉਹਦੇ ਵਿੱਚ ਤੁਹਾਨੂੰ ਆਪਣੀ ਪਰਫੋਰਮੈਂਸ ਵੀ ਨਾਲ ਜੋੜ ਕੇ ਕੰਪੈਰੀਜ਼ਨ ਦੇਣਾ ਪੈਂਦਾ ਹੈ। ਉਹ ਕਾਂਗਰਸ ਫੇਲ ਹੋਈ ਇਸ ਗੱਲ ਨੂੰ ਲੋਕਾਂ ਨੂੰ ਸਮਝਾਉਣ ਦੇ ਵਿੱਚ ਕਿ ਅਸੀਂ ਇਹ ਕੀਤਾ ਸੀ, ਦੇਖੋ ਇਹਨਾਂ ਨੇ ਇਹ ਨਹੀਂ ਕੀਤਾ। ਉਹਨਾਂ ਨੇ ਇਸ ਗੱਲ ਦੇ ਉੱਤੇ ਜ਼ੋਰ ਪਾਇਆ ਕਿ ਇਹਨਾਂ ਨੇ ਇਹ ਨਹੀਂ ਕੀਤਾ, ਉਹਨਾਂ ਨੇ ਆਪ ਕੀ ਕੀਤਾ ਸੀ ਇਹ, ਅਤੇ ਨੈਰੇਟਿਵ ਬਿਲਕੁਲ ਹੀ ਮਿਸ ਸੀਗਾ ਕਾਂਗਰਸ ਦੇ ਕੈਂਪੇਨ ਦੇ ਵਿੱਚ। ਆਮ ਆਦਮੀ ਪਾਰਟੀ ਦੇ ਖਿਲਾਫ਼ ਵਿਰੋਧ ਹੋਇਆ ਪ੍ਰਚਾਰ ਦੌਰਾਨ, ਪ੍ਰਚਾਰ ਦੌਰਾਨ ਹੀ ਸੁਖਪਾਲ ਖਹਿਰਾ ਆਉਂਦੇ ਨੇ, ਵੀਡੀਓ ਰਾਜਪਾਲ ਨੂੰ ਸੌਂਪ ਦਿੱਤੀ ਜਾਂਦੀਆਂ ਨੇ, ਵੀਡੀਓ ਦੀ ਫੋਰੈਂਸਿਕ ਜਾਂਚ ਹੁੰਦੀ ਹੈ, ਲਾਲਚੰਦ ਕਟਾਰੂਚੱਕ ਦਾ ਨਾਮ ਸਾਹਮਣੇ ਆ ਜਾਂਦਾ, ਵੀਡੀਓ ਉਕਤਾ ਹੀ ਸਾਹਮਣੇ ਆ ਜਾਂਦੀ ਹੈ, ਇੰਟਰਨੈੱਟ ਦੇ ਉੱਤੇ ਵੀਡੀਓ ਪਈ ਹੋਈ ਵੀ ਹੁਣ ਮਿਲ ਜਾਏਗੀ। ਕੀ ਇਹਨਾਂ ਚੀਜ਼ਾਂ ਦਾ ਪਾਰਟੀ ਦੀ ਛਵੀ 'ਤੇ ਕੋਈ ਅਸਰ ਨਹੀਂ ਪਿਆ? ਮੈਨੂੰ ਲੱਗਦਾ ਕਿ ਇਲੈਕਸ਼ਨ ਦੇ ਰਿਜ਼ਲਟ ਨੂੰ ਦੇਖੀਏ ਤਾਂ ਬਹੁਤਾ ਅਸਰ ਨਹੀਂ ਪਿਆ, ਕਾਰਨ ਕਿ ਕਟਾਰੂਚੱਕ ਦੇ ਮਾਮਲੇ ਦੇ ਨੂੰ ਲੋਕਾਂ ਨੇ ਇਹ ਤਾਂ ਕ੍ਰਿਟੀਸਾਈਜ਼ ਕੀਤਾ ਕਿ ਇਹ ਜਿਸ ਤਰੀਕੇ ਦੇ ਨਾਲ ਕੈਬਨਿਟ ਦੇ ਵਿੱਚ ਮੰਤਰੀ ਹੈਗੇ ਹੈ, ਔਰ ਮੰਤਰੀ ਇੱਦਾਂ ਦੇ ਕੁਕਰਮ ਕਹੀਏ ਆਪਾਂ ਉਹਦੇ ਵਿੱਚ ਫੜੇ ਜਾਂਦੇ ਨੇ, ਪਰ ਇਹ ਹਜੇ ਮੁੱਦਾ ਲਟਕ ਰਿਹਾ ਸੀ। ਐਸੀ ਕਰਕੇ ਆਮ ਆਦਮੀ ਪਾਰਟੀ ਨੇ ਕਟਾਰੂਚੱਕ ਉਹਨਾਂ ਦੇ ਉੱਤੇ ਕੋਈ ਐਕਸ਼ਨ ਨਹੀਂ ਲਿਆ। ਹੁਣ ਇਲੈਕਸ਼ਨ ਮੁੱਕ ਗਏ ਨੇ, ਆਮ ਆਦਮੀ ਪਾਰਟੀ ਜਿੱਤ ਗਈ ਹੈ, ਸਵਾਲ ਹਜੇ ਵੀ ਖੜ੍ਹਾ ਹੈ ਕਿ ਕਟਾਰੂਚੱਕ ਉਹਨਾਂ ਦੀ ਉਸ ਵੀਡੀਓ ਦੇ ਆਉਣ ਤੋਂ ਬਾਅਦ ਹੁਣ ਕਾਮ ਆਮ ਆਦਮੀ ਪਾਰਟੀ ਉਹਨਾਂ ਦੇ ਖਿਲਾਫ਼ ਕੀ ਐਕਸ਼ਨ ਲੈਂਦੀ ਹੈ, ਕਿਉਂਕਿ ਭਾਵੇਂ ਕਾਨੂੰਨੀ ਤੌਰ 'ਤੇ ਕਟਾਰੂਚੱਕ ਉਹਨਾਂ ਬਚ ਸਕਦੇ ਹੁਣ, ਪਰ ਮੋਰਲ ਗਰਾਊਂਡ ਦੇ ਉੱਤੇ, ਨੈਤਿਕਤਾ ਦੇ ਆਧਾਰ ਦੇ ਉੱਤੇ ਸਰਕਾਰ ਨੂੰ ਕਟਾਰੂਚੱਕ ਉਹਨਾਂ ਦੇ ਖਿਲਾਫ਼ ਐਕਸ਼ਨ ਲੈਣਾ ਹੀ ਪਏਗਾ। ਅੱਛਾ, ਦੋ ਨੈਰੇਟਿਵਸ ਬਣਦੇ ਆ ਸੁਖਪਾਲ ਖਹਿਰਾ ਜਦੋਂ ਵੀਡੀਓ ਲਿਆਉਂਦੇ ਨੇ, ਇੱਕ ਤਾਂ ਪਹਿਲਾਂ SDM ਵੱਲੋਂ ਸ਼ਿਕਾਇਤ ਕਰਕੇ ਪਰਚਾ ਪਵਾ ਦਿੱਤਾ ਜਾਂਦਾ, ਔਰ ਦੂਜੇ ਪਾਸੇ ਪ੍ਰਚਾਰ ਵੀ ਚੱਲ ਰਿਹਾ ਹੁੰਦਾ। ਹੁਣ ਇਹਨੂੰ SDM ਨਾਲ ਬਦਲਾਖੋਰੀ ਕਿਹਾ ਜਾਵੇ ਜਾਂ ਫਿਰ ਪ੍ਰਚਾਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਛਵੀ ਖਰਾਬ ਕਰਨਾ? ਦੇਖੋ, ਜਿੱਥੇ ਤੱਕ ਗੱਲ ਆਮ ਆਦਮੀ ਪਾਰਟੀ ਦੀ ਛਵੀ ਹੈ, ਉਹ 10 ਮਈ ਨੂੰ ਜੋ ਕੁਝ ਹੋਇਆ, ਆਮ ਆਦਮੀ ਪਾਰਟੀ ਦੇ ਬਹੁਤ ਸਾਰੇ MLA ਭਾਵੇਂ ਕਾਨੂੰਨੀ ਤੌਰ 'ਤੇ ਇਲੈਕਸ਼ਨ ਕਮਿਸ਼ਨ ਦੇ ਹਿਸਾਬ ਨਾਲ ਉਹ ਇੱਥੇ ਨਹੀਂ ਹੋਣੇ ਚਾਹੀਦੇ ਸੀ, ਉਹ ਸਾਰੇ ਦੇਖੇ ਗਏ, ਕੁਝ ਫੜੇ ਵੀ ਗਏ, ਪਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਐਕਸ਼ਨ ਉਹਨਾਂ ਫੜਨ ਵਾਲਿਆਂ ਦੇ ਖਿਲਾਫ਼ ਤਾਂ ਲੈ ਲਿਆ, ਜਿਹਨੂੰ ਫੜਿਆ ਸੀਗਾ ਉਹਨਾਂ ਦੇ ਖਿਲਾਫ਼ ਐਕਸ਼ਨ ਨਹੀਂ ਲਿਆ, ਭਾਵੇਂ ਆਮ ਆਦਮੀ ਪਾਰਟੀ ਇਲੈਕਸ਼ਨ ਜਿੱਤ ਗਈ ਹੈ, ਪਰ ਇਹਨਾਂ ਗੱਲਾਂ ਦਾ ਅਸਰ ਅੱਗੇ ਚੱਲ ਕੇ ਆਮ ਆਦਮੀ ਪਾਰਟੀ ਨੂੰ ਇਹਨਾਂ ਦਾ ਜਵਾਬ ਵੀ ਦੇਣਾ ਪੈਣਾ, ਔਰ ਇਹਦੇ ਉੱਤੇ ਜੇ ਉਹ ਐਡਮੈਂਟ ਰਵੱਈਆ ਮਨਾਉਂਦੇ ਨੇ, ਕਿਉਂਕਿ ਸਰਕਾਰ ਜਦ ਆਮ ਆਦਮੀ ਪਾਰਟੀ ਦੀ ਹੋਏ ਤਾਂ ਕੋਈ ਵੀ ਨਹੀਂ ਚਾਹੁੰਦਾ ਕਿ ਆਮ ਆਦਮੀ ਪਾਰਟੀ ਅਹੰਕਾਰੀ ਹੋਏ, ਜੇ ਸਰਕਾਰ ਦੇ ਵਿੱਚ ਇਹ ਅਹੰਕਾਰ ਹੋਰ ਚੱਲਦਾ ਰਿਹਾ ਤਾਂ ਫਿਰ ਅੱਗੇ ਹੋਰ ਇਲੈਕਸ਼ਨ, ਇੱਕ ਇਲੈਕਸ਼ਨ ਜਿੱਤਣ ਨਾਲ ਗੱਲ ਨਹੀਂ ਬਣਦੀ, ਸਾਲ ਬਾਅਦ ਫਿਰ ਇਲੈਕਸ਼ਨ 13 ਲੋਕ ਸਭਾ ਕੌਂਸਟੀਚੁਐਂਸੀ ਦੇ ਵਿੱਚ ਹੈ, ਉਹਦੇ ਵਿੱਚ ਵੀ ਅਗਰ ਇਹ ਤੁਸੀਂ ਇਸ ਤਰੀਕੇ ਨਾਲ ਐਂਕੜਪਨ ਨਾਲ ਅਹੰਕਾਰੀ ਦੇ ਤੌਰ 'ਤੇ ਜਾਓਗੇ ਤਾਂ ਨੁਕਸਾਨ ਤਾਂ ਹੋਏਗਾ ਹੀ। ਅੱਛਾ, ਜੇ ਆਪਾਂ ਸੁਖਪਾਲ ਖਹਿਰਾ ਦੀ ਗੱਲ ਕਰੀਏ, ਉਹਨਾਂ ਦੇ ਵੀਡੀਓ ਸੌਂਪਣ ਦੀ ਗੱਲ ਕਰੀਏ, ਉਸੇ ਵੇਲੇ ਵੀਡੀਓ ਸੌਂਪੀ ਗਈ ਜਿਸ ਵੇਲੇ ਪ੍ਰਚਾਰ ਚੱਲ ਰਿਹਾ ਸੀ, ਕੀ ਇਹ ਕਹਿ ਸਕਦੇ ਹਾਂ ਕਿ ਪ੍ਰਚਾਰ ਦੇ ਵਿੱਚ ਆਪ ਦੀ ਛਵੀ ਨੂੰ ਖਰਾਬ ਕਰਨ ਦੀ ਨੀਤੀ ਸੀਗੀ ਜਾਂ ਫਿਰ ਕੋਈ ਹੋਰ ਵਜ੍ਹਾ ਸੀ? ਦੇਖੋ, ਖਰਾਬ ਕਰਨ ਵਾਸਤੇ ਤਾਂ ਇਹ ਕੋਈ ਕਟਾਰੂਚੱਕ ਉਹਨਾਂ ਦੀ ਕੋਈ ਫੇਕ ਵੀਡੀਓ ਤਾਂ ਨਹੀਂ ਸੀ, ਇਹ ਤਾਂ ਗਵਰਨਰ ਸਾਹਿਬ ਨੇ ਫੋਰੈਂਸਿਕ ਲੈਬ ਤੋਂ ਚੈੱਕ ਕਰਾ ਲਈ, ਅਤੇ ਇਸ ਕਰਕੇ ਪਾਰਟੀਆਂ ਸਾਰੀ ਉਹਨਾਂ ਮੁੱਦਿਆਂ ਨੂੰ ਕੈਂਪੇਨ ਦੇ ਦੌਰਾਨ ਉਛਾਲਦੀਆਂ ਹੀ ਉਛਾਲਦੀਆਂ ਜਿਹੜੀ ਦੂਜੀ ਪਾਰਟੀ ਨੂੰ ਘੇਰ ਸਕੇ, ਅਤੇ ਇਹੀ ਇੱਕ ਐਕਟ ਸੀਗਾ। ਪਰ ਇਹਦੇ ਵਿੱਚ ਇਹ ਕਹਿਣਾ ਕਿ ਵੀ ਉਹ ਜਾਣ ਬੁੱਝ ਕੇ ਉਹਦੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ, ਇਹ ਕੋਸ਼ਿਸ਼ ਤਾਂ ਨਹੀਂ, ਕਿਉਂਕਿ ਉਸ ਵੀਡੀਓ ਦੇ ਵਿੱਚ ਕਟਾਰੂਚੱਕ ਉਹਨਾਂ ਨੂੰ ਜ਼ਬਰਦਸਤੀ ਨਹੀਂ ਪਾਇਆ ਗਿਆ, ਉਹ ਉਸ ਵੀਡੀਓ ਦੇ ਵਿੱਚ ਦੇਖੇ ਜਾ ਰਹੇ ਨੇ, ਔਰ ਫੋਰੈਂਸਿਕ ਲੈਬ ਨੇ ਵੀ ਇਸ ਗੱਲ ਨੂੰ ਇੱਕ ਤਰੀਕੇ ਨਾਲ ਓਥੈਂਟੀਕੇਟ ਕਰਤਾ। ਅੱਛਾ, ਜੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ, ਬਸਪਾ ਗੱਠਜੋੜ ਹੈ, ਸੁਖਵਿੰਦਰ ਕੁਮਾਰ ਸੁੱਖੀ ਉਹਨਾਂ ਦੇ ਨਾਲ ਹੈਗੇ ਨੇ, 1,32,000 ਵੋਟਾਂ ਹੁਣ ਤੱਕ ਜਿਹੜੀਆਂ ਦੱਸੀਆਂ ਜਾ ਰਹੀਆਂ ਨੇ ਪੈ ਚੁੱਕੀਆਂ ਨੇ ਉਹਨਾਂ ਨੂੰ, ਇਹ ਕਾਫੀ ਵਧੀਆ ਡਿਵੈਲਪਮੈਂਟ ਹੈ ਸ਼੍ਰੋਮਣੀ ਅਕਾਲੀ ਦਲ ਲਈ। ਇੱਕ ਪਾਸੇ ਤਾਂ ਆਹ ਵੀ ਕਹੀਏ ਕਿ ਵੋਟ ਪਰਸੈਂਟੇਜ ਵਧੀਆ ਹੋਇਆ, ਦੂਜੇ ਪਾਸੇ ਆਪਾਂ ਆਹ ਕਹਿ ਸਕਦੇ ਹਾਂ ਕਿ ਜਿੱਥੇ ਪ੍ਰਕਾਸ਼ ਸਿੰਘ ਬਾਦਲ ਦਾ ਦੇਹਾਂਤ ਹੁੰਦਾ ਹੈ ਲੋਕਾਂ ਦੇ ਵਿੱਚ ਉਹਦਾ ਅਫਸੋਸ ਵੀ ਹੈ, ਕਿ ਇਹਨਾਂ ਚੀਜ਼ਾਂ ਕਰਕੇ ਵੋਟ ਪਰਸੈਂਟੇਜ 'ਚ ਇਜ਼ਾਫਾ ਹੁੰਦਾ ਪਿਆ, ਕਿਸ ਤਰ੍ਹਾਂ ਉਹਨਾਂ ਦੀ ਸਿਆਸਤ ਨੂੰ ਦੇਖ ਰਹੇ ਹੋ? ਜਿਸ ਤਰੀਕੇ ਨਾਲ ਇਸ ਇਲੈਕਸ਼ਨ ਨੂੰ ਓਵਰਆਲ ਦੇਖੋ, ਅਤੇ ਅਸੀਂ ਸ਼ੁਰੂ ਤੋਂ ਕਹਿ ਰਹੇ ਹਾਂ ਇਹਦੇ ਵਿੱਚ 1, 2, 3, 4 ਯਾਨੀ 4 ਨੰਬਰ 'ਤੇ ਕਿਹੜੀ ਕਿਹੜੀ ਪਾਰਟੀ ਰਹਿੰਦੀ ਹੈ, ਇਹ ਸਾਰੀ ਦੀ ਸਾਰੀ ਗੱਲਾਂ ਇੰਪੋਰਟੈਂਸ ਰੱਖਦੀਆਂ। ਹੁਣ 4 ਨੰਬਰ 'ਤੇ ਅਕਾਲੀ ਦਲ ਫੇਰ ਤੋਂ ਚੱਲ ਰਿਹਾ ਸੀ, ਪਹਿਲੇ ਰੁਝਾਨ ਦੇ ਵਿੱਚ ਅਕਾਲੀ ਦਲ ਦੂਜੇ ਨੰਬਰ 'ਤੇ ਵੀ ਆਇਆ ਸੀਗਾ, ਹੁਣ ਜਿਹੜੇ ਰੁਝਾਨ ਹੁਣ ਤੁਸੀਂ ਦੱਸ ਰਹੇ ਹੋ ਉਹਦੇ ਹਿਸਾਬ ਨਾਲ ਅਕਾਲੀ ਦਲ ਹੁਣ 3 ਨੰਬਰ 'ਤੇ, ਹੁਣ BJP ਉਸ ਤੋਂ ਪਿੱਛੇ ਚੱਲ ਰਹੀ ਹੈ। BJP ਨੇ ਉਹ ਤਮਾਮ ਕੋਸ਼ਿਸ਼ਾਂ ਕੀਤੀ ਕਿ ਪਿੰਡਾਂ ਦੇ ਵਿੱਚ ਆਪਣਾ ਆਧਾਰ ਬਣਾਇਆ ਜਾ ਸਕੇ, ਔਰ ਅਸੀਂ ਖੁਦ ਦੇਖਿਆ ਪਿੰਡਾਂ ਦੇ ਵਿੱਚ ਐਤਕੀ BJP ਦੇ ਬੂਥ ਲੱਗੇ ਸੀਗੇ,
और ਪਿੰਡਾਂ ਦੇ ਵਿੱਚ ਵੋਟਾਂ ਦਾ ਵੀ ਰੁਝਾਨ ਬੀਜੇਪੀ ਵੱਲ ਸੀਗਾ ਹਜੇ ਤੇ ਗਿਣਤੀ ਬਾਕੀ ਹੈ ਔਰ ਜਿੱਥੇ ਤੱਕ ਅਕਾਲੀ ਦਲ ਔਰ ਬੀਜੇਪੀ ਦੀ ਗੱਲ ਕਰੀਏ ਇਹ ਉੱਤੇ ਥੱਲੇ ਹੋ ਰਹੇ ਨੇ ਔਰ ਇਹਨਾਂ ਦੇ ਉੱਤੇ ਥੱਲੇ ਦੇ ਵਿੱਚ ਹੀ ਇਹਨਾਂ ਦੋਨਾਂ ਦੀ ਜਿੱਤ ਛੁਪੀ ਹੋਈ ਹੈ ਭਾਵੇਂ ਇਲੈਕਸ਼ਨ ਜਿੱਤਣ ਵਾਲੀ ਆਮ ਆਦਮੀ ਪਾਰਟੀ ਹੈ ਇਹਨਾਂ ਦੋਨਾਂ ਦੇ ਵਿੱਚੋਂ ਕੌਣ ਉੱਤੇ ਰਹਿੰਦਾ ਹੈ ਇਹ ਵੀ ਆਪਣੇ ਆਪ ਵਿੱਚ ਇੱਕ ਰੇਸ ਦਾ ਪਾਰਟ ਹੈ ਜਿਹੜੀ ਇਸ ਇਲੈਕਸ਼ਨ ਦੇ ਵਿੱਚ ਬੜੀ ਇੰਪੋਰਟੈਂਸ ਰੱਖਦੀ ਅੱਛਾ ਬੀਜੇਪੀ ਦੀ ਗੱਲ ਕਰਦੇ ਹਾਂ ਇੰਦਰ ਕਪਾਲ ਅਟਵਾਲ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਲੈ ਕੇ ਆਉਂਦੇ ਨੇ ਫਿਰ ਉਮੀਦਵਾਰ ਲਾਉਂਦੇ ਨੇ ਪਿੱਛੇ ਰਹਿ ਜਾਂਦੇ ਨੇ ਅਕਾਲੀ ਦਲ ਤੋਂ ਹੀ ਕੀ ਕਾਰਨ ਹੋ ਸਕਦੇ ਨੇ ਕਿਹੜਾ ਕਾਰਨਾ ਕਰਕੇ ਬੀਜੇਪੀ ਨੂੰ ਨਹੀਂ ਆਉਣ ਦਿੱਤਾ ਗਿਆ ਜਿੱਥੇ ਵੱਡੇ ਵੱਡੇ ਦਾਅਵੇ ਕੀਤੇ ਗਏ ਕਿ ਭਾਜਪਾ ਪੰਜਾਬ ਨੂੰ ਸੁਧਾਰ ਦੇਵੇਗੀ ਜੋ ਕੁਝ ਹੋਇਆ ਉਹ ਹੁਣ ਨਹੀਂ ਹੋਵੇਗਾ ਕੀ ਕਹਿਣਾ ਜਿੱਥੇ ਤੱਕ ਬੀਜੇਪੀ ਦੀ ਗੱਲ ਹੈਗੀ ਹੈ ਅੱਜ ਤੋਂ ਪਹਿਲਾਂ ਯਾਨੀ ਬੀਜੇਪੀ ਦਾ ਅਤੇ ਅਕਾਲੀ ਦਲ ਦੇ ਨਾਲ 25 ਸਾਲ ਤੱਕ ਅਲਾਈਂਸ ਸੀਗਾ ਉਸ ਅਲਾਈਂਸ ਦੇ ਵਿੱਚ ਮੈਕਸੀਮਮ ਸੀਟਾਂ 23 ਵਿੱਚੋਂ ਬੀਜੇਪੀ ਨੇ 19 ਜਿੱਤੀਆਂ ਔਰ ਉਸ ਤੋਂ ਪਹਿਲੇ 12 11 5 ਇਦਾਂ ਹੀ ਜਿੱਦੀ ਰਹੀ ਹੈ ਪਰ ਇਹ ਪਹਿਲੀ ਵਾਰ ਸੀਗਾ ਜਦ ਬੀਜੇਪੀ ਆਪਣੇ ਚੁਣਾਵ ਚਿੰਨ੍ਹ 'ਤੇ ਇਲੈਕਸ਼ਨ ਲੜ ਰਹੀ ਸੀ ਉਹ ਵੀ ਤਦ ਜਦ ਪਿੰਡਾਂ ਦੇ ਵਿੱਚ ਕਦੀ ਉਹਨਾਂ ਨੇ ਆਪਣਾ ਪ੍ਰਚਾਰ ਅਤੇ ਪ੍ਰਸਾਰ ਕੀਤਾ ਹੀ ਨਹੀਂ ਸੀ ਜੇ ਬੀਜੇਪੀ ਨੂੰ ਅਕਾਲੀ ਦਲ ਦੇ ਬਰਾਬਰ ਵੀ ਵੋਟਾਂ ਮਿਲ ਜਾਂਦੀ ਹੈ ਤਾਂ ਆਪਣੇ ਆਪ ਵਿੱਚ ਬੀਜੇਪੀ ਦੀ ਜਿੱਤ ਹੈਗੀ ਹੈ ਉਹ ਵੀ ਖਾਸ ਕਰਕੇ ਤਦ ਜਦ ਪਿੰਡਾਂ ਦੇ ਵਿੱਚੋਂ ਖਾਸ ਕਰਕੇ 3 ਉਹ ਜਿਹੜੇ ਐਗਰੀਕਲਚਰ ਖੇਤੀਬਾੜੀ ਕਾਨੂੰਨਾਂ ਦੇ ਬਾਅਦ ਬੀਜੇਪੀ ਦਾ ਵਿਰੋਧ ਸੀ ਪੰਜਾਬ ਦੇ ਵਿੱਚ ਉਹਨਾਂ ਨੂੰ ਉਹਨਾਂ ਦੇ ਲੀਡਰਾਂ ਨੂੰ ਪੰਜਾਬ ਦੇ ਪਿੰਡਾਂ ਦੇ ਵਿੱਚ ਵੜਨ ਨਹੀਂ ਦਿੱਤਾ ਜਾ ਰਿਹਾ ਸੀ ਜੇ ਇਹ ਸਥਿਤੀ ਬੀਜੇਪੀ ਦੀ ਰਹਿੰਦੀ ਹੈ ਤਾਂ ਬੀਜੇਪੀ ਵਾਸਤੇ ਵੀ ਇੱਕ ਵਿਨ ਵਿਨ ਸਿਚੁਏਸ਼ਨ ਹੈ ਅੱਛਾ ਇਸ ਬਾਰੇ ਚਰਚਾ ਵਾਵਾ ਕਰ ਚੁੱਕੇ ਹਾਂ ਕਿ ਕਾਂਗਰਸ ਕਿਉਂ ਪਛੜ ਗਈ ਪਰ ਦੁਬਾਰਾ ਸਵਾਲ ਪੁੱਛਣਾ ਚਾਹੂੰਗਾ ਇੱਕ ਪਾਸੇ ਸੰਤੋਖ ਚੌਧਰੀ ਜੀ ਦਾ ਦੇਹਾਂਤ ਹੁੰਦਾ ਪਤਨੀ ਕਰਮਜੀਤ ਚੌਧਰੀ ਉਮੀਦਵਾਰ ਐਲਾਨ ਦਿੱਤੇ ਜਾਂਦੇ ਨੇ ਫੌਰੀ ਐਲਾਨ ਦਿੱਤੇ ਜਾਂਦੇ ਸ਼ਾਇਦ ਸਭ ਤੋਂ ਪਹਿਲਾਂ ਕਾਂਗਰਸ ਨਹੀਂ ਐਲਾਨੇ ਸੀਗੇ ਇਹ ਸਾਫ਼ ਸੀਗਾ ਕਿ ਕਾਂਗਰਸ ਦਾ ਗਾੜਾ ਜਲੰਧਰ ਅਤੇ ਇਹ ਚੌਧਰੀ ਦੇ ਪਰਿਵਾਰ ਦੇ ਪੱਖ 'ਚ ਹੀ ਆਵੇਗੀ ਸੀਟ ਪਰ ਇੱਕਦਮ ਬਦਲ ਜਾਂਦਾ ਕੀ ਕਾਰਨ ਨੇ ਇਸ ਫੇਰਬਦਲ ਦੇ ਕੀ ਕਾਰਨ ਨੇ ਕਿ ਆਮ ਆਦਮੀ ਪਾਰਟੀ ਪਹਿਲੇ ਨੰਬਰ 'ਤੇ ਆ ਗਈ ਅਤੇ ਜਿਹੜਾ ਜਲੰਧਰ ਦਾ ਗੜ੍ਹ ਸੀ ਜਿਹਦੇ ਵਿੱਚ ਕਾਂਗਰਸ ਦਾ ਉਹ ਹੁਣ ਕਾਂਗਰਸ ਹੇਠਾਂ ਚੱਲ ਗਈ ਹੈ ਦੇਖੋ ਜਦ ਅਸੀਂ ਕਿਸੇ ਵੀ ਕੌਨਸਟੀਚੁਐਂਸੀ ਨੂੰ ਕਿਸੇ ਵੀ ਪਾਰਟੀ ਦਾ ਗੜ੍ਹ ਕਹਿੰਦੇ ਹਾਂ ਨਾ ਉਹਦੇ ਵਿੱਚ ਆਪਾਂ ਇੱਕ ਗਲਤੀ ਕਰ ਜਾਂਦੇ ਹਾਂ ਕਿਉਂਕਿ ਗੜ੍ਹ ਅਸੀਂ ਪਿਛਲੇ 70 ਸਾਲਾਂ ਦਾ 75 ਸਾਲਾਂ ਦਾ ਰਿਕਾਰਡ ਦੇਖ ਕੇ ਕਹਿੰਦੇ ਹਾਂ ਇਹਨਾਂ 70-75 ਸਾਲਾਂ ਦੇ ਵਿੱਚ ਜ਼ਿਆਦਾਤਰ ਰਵਾਇਤੀ ਪਾਰਟੀਆਂ ਦੇ ਵਿੱਚ ਹੀ ਫਾਈਟ ਹੁੰਦੀ ਸੀ ਅਕਾਲੀ ਭਾਜਪਾ ਕਹਿ ਲਓ ਜਾਂ ਅਕਾਲੀ ਬਸਪਾ ਕਹਿ ਲਓ ਔਰ ਕਾਂਗਰਸ ਇਹਨਾਂ ਦੋਨਾਂ ਦੇ ਵਿੱਚੋਂ ਇੱਕ ਪਾਰਟੀ ਜਿੱਤ ਜਾਂਦੀ ਸੀ ਉਸ ਪਾਰਟੀ ਦਾ ਉਹ ਗੜ ਬਣ ਜਾਂਦਾ ਸੀ ਤੀਜੀ ਪਾਰਟੀ ਤਾਂ ਪਿਛਲੇ ਕੁਛ ਟਾਈਮ ਪਹਿਲੇ ਹੀ ਐਂਟਰ ਕੀਤੀ ਹੈ ਔਰ ਖਾਸ ਕਰਕੇ ਸਰਕਾਰ ਤਾਂ 14 ਮਹੀਨੇ ਪਹਿਲੇ ਬਣੀ ਹੈ ਅਤੇ ਹੁਣ ਇਹ ਕਹਿਣਾ ਕਿ ਇਹ ਕਾਂਗਰਸ ਦਾ ਗੜ ਹੈ ਉਹ ਕਿਸੇ ਨਾ ਕਿਸੇ ਜਗ੍ਹਾ ਸਾਡੇ ਵਰਗੇ ਪੱਤਰਕਾਰ ਗਲਤੀ ਕਰ ਜਾਂਦੇ ਨੇ ਕਿ ਪ੍ਰੇਅਰ ਹੀ ਤੀਜਾ ਐਂਟਰ ਹੋ ਗਿਆ ਅਤੇ ਉਸ ਤੋਂ ਬਾਅਦ ਤੁਸੀਂ ਉਹ ਦੋ ਪਾਰਟੀਆਂ ਦੇ ਵਿੱਚ ਹੋਈ ਲੜਾਈ ਦੇ ਬੇਸ 'ਤੇ ਕਿਸੇ ਕੌਨਸਟੀਚੁਐਂਸੀ ਨੂੰ ਕਿਸੇ ਏਰੀਆ ਨੂੰ ਗੜ ਕਹਿਣਾ ਸ਼ੁਰੂ ਕਰ ਦਿਓ ਅਤੇ ਉਹ ਗੜ ਗੁੜ ਵਾਲੀ ਕੋਈ ਗੱਲ ਨਹੀਂ ਹੈ ਹੁਣ ਇਸ ਰਿਜ਼ਲਟ ਨੇ ਇਹ ਗੱਲ ਦਿਖਾਤੀ ਹੈ ਕਿ ਹੁਣ ਨਵੇਂ ਗੜ ਤਿਆਰ ਹੋਣਗੇ ਹੋ ਸਕਦਾ ਆਉਣ ਵਾਲੇ ਟਾਈਮ ਵਿੱਚ ਇਹਨਾਂ 13 ਕੌਨਸਟੀਚੁਐਂਸੀ ਦੇ ਵਿੱਚੋਂ 5, 7, 8, 9 ਜਾਂ 2 ਕੌਨਸਟੀਚੁਐਂਸੀਜ਼ ਅੱਗੇ ਤੋਂ ਆਪਾਂ ਰੈਫਰ ਕਰੀਏ ਕਿ ਆਮ ਆਦਮੀ ਪਾਰਟੀ ਦੇ ਗੜ ਨੇ ਚਲੋ ਹੁਣ ਤੁਸੀਂ ਗੱਲ ਕੀਤੀ ਹੈ ਕਿ ਨਵੀਂ ਐਂਟਰੀਆਂ ਹੋ ਰਹੀਆਂ ਨੇ ਨਵੀਂ ਐਂਟਰੀਆਂ ਦੀ ਗੱਲ ਕਰਦੇ ਹਾਂ ਭਾਵੇਂ ਕਾਂਗਰਸ ਦੀ ਗੱਲ ਕਰ ਲਈ ਭਾਜਪਾ ਕਰ ਲਈ ਆਪ ਕਰ ਲਈ ਅਤੇ ਅਕਾਲੀਆਂ ਦੀ ਵੀ ਗੱਲ ਕਰ ਲਈ ਇੱਕ ਹੋਰ ਐਂਟਰੀ ਹੁੰਦੀ ਹੈ ਸਿਮਰਜੀਤ ਸਿੰਘ ਮਾਨ ਸੰਗਰੂਰ ਦੀ ਸੀਟ ਜਿੱਤ ਚੁੱਕੇ ਨੇ ਸੰਗਰੂਰ ਤੋਂ MP ਨੇ ਜਲੰਧਰ ਦਾ ਦਾਅਵਾ ਕਰਤਾ ਸੀ ਕਿ ਜਲੰਧਰ ਦੇ ਲੋਕਾਂ ਨੂੰ ਮਿਲ ਕੇ ਆਇਆ ਮੈਂ ਜਲੰਧਰ ਦੇ ਲੋਕ ਮੈਨੂੰ ਜਾਣਦੇ ਨੇ ਮੈਂ ਉਹਨਾਂ ਨੂੰ ਜਾਣਦਾ ਅਤੇ ਮੈਨੂੰ ਦਾਅਵਾ ਆ ਕਿ ਉਹ ਮੈਨੂੰ ਜਿਤਾਉਣਗੇ ਉਹ ਹੁਣ ਨਾ 3 'ਚ ਆ ਰਹੇ ਨੇ ਨਾ 13 'ਚ ਆ ਰਹੇ ਨੇ ਉਹਨਾਂ ਦਾ ਤਾਂ ਪਹਿਲੇ 3-4 'ਚ ਵੀ ਜਿਹੜਾ ਸਥਾਨ ਨਹੀਂ ਆਇਆ ਕੀ ਕਹੋਗੇ ਦੇਖੋ ਪਹਿਲਾ ਰੁਝਾਨ ਤੁਸੀਂ ਦੇਖੋ ਜਦ ਸਵੇਰੇ ਪਹਿਲਾ ਰੁਝਾਨ ਆਇਆ ਸੀਗਾ ਕਿ ਗੁਰਜਨ ਸਿੰਘ ਕੱਟੂ ਨਾਮ ਆ ਉਹਨਾਂ ਦਾ ਉਹ ਅਕਾਲੀ ਦਲ ਤੋਂ ਬੀਜੇਪੀ ਤੋਂ ਅੱਗੇ ਸੀਗੇ ਯਾਨੀ ਖਾਸ ਕਰਕੇ ਬੀਜੇਪੀ ਤੋਂ ਅੱਗੇ ਸੀਗੇ ਬੀਜੇਪੀ ਦੇ 184 ਵੋਟ ਸੀਗੇ ਔਰ ਉਸ ਤੋਂ ਅੱਗੇ ਕਾਫੀ ਅੱਗੇ ਗੁਰਜਨ ਸਿੰਘ ਕੱਟੂ ਸੀਗੇ ਪਰ ਉਸ ਤੋਂ ਬਾਅਦ ਕਿਸੇ ਵੀ ਰੁਝਾਨ ਦੇ ਵਿੱਚ ਕੱਟੂ ਹੋਣਾ ਅੱਗੇ ਨਹੀਂ ਵੱਧ ਪਾਏ ਅਤੇ ਕੱਟੂ ਉਹਨਾਂ ਦਾ ਨਾਂ ਦੂਜੇ ਰਾਊਂਡ ਤੋਂ ਬਾਅਦ ਉਸ ਰੇਸ ਤੋਂ ਕੱਟ ਗਿਆ ਸੀਗਾ ਅਤੇ ਆਖਿਰ ਤੱਕ ਕੱਟਿਆ ਹੀ ਹੈ ਅਤੇ ਹੁਣ ਇਹ ਤਾਂ ਨਿਰਧਾਰਿਤ ਕਰ ਹੀ ਦਿੱਤਾ ਗਿਆ ਕਿ ਆਮ ਆਦਮੀ ਪਾਰਟੀ ਜਿੱਤ ਚੁੱਕੀ ਹੈ ਆਮ ਆਦਮੀ ਪਾਰਟੀ ਲੀਡ ਲੈ ਕੇ ਚੱਲਦੀ ਪਈ ਹੈ ਕੁਝ ਦੇਰ 'ਚ ਫਤਵਾ ਲੱਗ ਜਾਏਗਾ ਹੁਣ ਇਸ ਤੋਂ ਬਾਅਦ ਸਿਆਸਤ ਜਲੰਧਰ ਦੀ ਕਿਸ ਤਰ੍ਹਾਂ ਪ੍ਰਭਾਵਿਤ ਹੋ ਸਕਦੀ ਹੈ ਅਤੇ ਆਉਣ ਵਾਲੀਆਂ ਚੋਣਾਂ ਜਿਹੜੀਆਂ MP ਦੀਆਂ ਆਉਣੀਆਂ ਨੇ ਆਉਣ ਵਾਲੇ ਸਾਲ ਦੇ ਵਿੱਚ ਉਹ ਕਿਸ ਤਰ੍ਹਾਂ ਪ੍ਰਭਾਵਿਤ ਹੋਣਗੀਆਂ ਹੋਣਗੀਆਂ ਜਾਂ ਫਿਰ ਨਹੀਂ ਕੀ ਕਹਿਣਾ ਚਾਹੋ ਦੇਖੋ ਹੋਣਗੀਆਂ ਔਰ ਅਗਰ ਇਹ ਆਮ ਆਦਮੀ ਪਾਰਟੀ ਇਹ ਇਲੈਕਸ਼ਨ ਹਾਰ ਜਾਂਦੀ ਉਹਨਾਂ ਦੀ ਜੀਵਨੀ ਇਲੈਕਸ਼ਨ ਦੇ ਵਿੱਚ ਲਗਾਤਾਰ ਦੂਸਰੀ ਹਾਰ ਹੁੰਦੀ ਔਰ ਆਮ ਆਦਮੀ ਪਾਰਟੀ ਨੂੰ 2024 ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਬੜੀ ਜ਼ਬਰਦਸਤ ਇੱਕ ਚੁਣੌਤੀ ਦਾ ਸਾਹਮਣਾ ਕਰਨਾ ਪੈਣਾ ਸੀਗਾ ਪਰ ਇਸ ਇਲੈਕਸ਼ਨ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਆਪਣੇ ਜਲੰਧਰ ਦੇ ਵਿੱਚ ਕੀਤੇ ਹੋਏ ਕੰਮਾਂ ਨੂੰ ਅੱਗੇ ਵਧਾ ਕੇ 13 ਸੀਟਾਂ ਦੇ ਉੱਤੇ ਆਪਣਾ ਪ੍ਰਭਾਵ ਵਧਾਉਣ ਦੀ ਕੋਸ਼ਿਸ਼ ਕਰੇਗੀ ਇਹੀ ਨੈਰੇਟਿਵ ਆਮ ਆਦਮੀ ਪਾਰਟੀ ਨੂੰ ਅੱਗੇ ਲਿਜਾਣ ਵਾਸਤੇ ਕਿਉਂਕਿ ਜਿਸ ਤਰ੍ਹਾਂ ਅਸੀਂ ਕਹਿ ਰਹੇ ਹਾਂ ਕੇਜਰੀਵਾਲ ਉਹਨਾਂ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਨੇ ਉਹ ਸਿੱਧਾ ਪੰਗਾ ਲੈਂਦੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਹ ਦੇਸ਼ ਦੇ ਵਿੱਚ ਇੱਕ ਤਰੀਕੇ ਨਾਲ
मोदी वर्सिज केजरीवाल फाइट बनाने की कोशिश कर रहे हैं। तुहाडा एक भी MP लोग सभा दे विच ना होए और कुर्सी ते नज़र तुहाडी प्रधानमंत्री दे होए, ए पॉसीबल ही नहीं। हुण इस लड़ाई नूं थोड़ी जी मजबूती मिलेगी, भावें गिनती एक तो शुरू हुई है, हुई तो है, 0 तो एक ही चाण दे वास्ते टाइम लगता है, एक तो, क्योंकि भाजपा भी 2 तो 200 जद हुई सी वो अचानक हुई सी, एक तो तुसी 100, 200, 300 पहुँचते हो या नहीं पहुँचते हो, यह अज दी रिजल्ट इस गल नूं तय करेगा कि किन्नी रफ्तार नाल किन्नी तेजी नाल आम आदमी पार्टी अगे वधदी। तो जरूर आम आदमी पार्टी की शुरुआत हुण एक तो हो चुकी है, एक तो गांह किन्ने हुंदे ने वेखना होवेगा, क्योंकि टाकरे सीधे केंद्र नाल ने, ते जिहड़ा मुद्दा वो पूरे देश दा आ, सिर्फ पंजाब तक का नहीं रह गया, सिर्फ जलंधर तक का नहीं रह गया। जलंधर जिमनी चोण के रुझान सामने आ चुके ने, तो आम आदमी पार्टी पहले नंबर पर लीड कर रही है, तो आम आदमी पार्टी के समर्थक तो लीडर जश्न मना रहे ने। हुण हालात जो ने सियासत दे, जलंधर की सियासत दे, उत्थे साफ पता लग गया कि कांग्रेस की सत्ता, कांग्रेस का जिहड़ा गढ़ सी वह टुटता दिखाई दे रहा। हुण कांग्रेस की थां ते नवें सत्ताधारी आम आदमी पार्टी आ गए ने जलंधर तो, ते जलंधर जिमनी चोण की जिहड़ी सीट सी MP दी, वह आम आदमी पार्टी ने अपने नाम कितें ना कितें जरूर कर ली है। हुण फतवा देना रह गया, हुण कुछ ही देर दे विच उहदा भी ऐलान हो जाएगा, तो आम आदमी पार्टी जिहड़ी आ उह जितदी जरूर दिखाई दे रही है। हुण आउण वाले लोक सभा चोणां दे विच की असर पएगा यह देखना होगा कि हुण कुछ महीनों दे विच आम आदमी पार्टी वह सब कर पाउंदी है कि नहीं, कि पंजाब दे जलंधर दे लोक आम आदमी पार्टी नूं लोक सभा पहुँचाउंदे ने। आने वाली 2024 दीआं चोणां दे विच आम आदमी पार्टी की सरकार बनदी है या फिर नहीं 2024 दी चोणां दे विच, क्योंकि वड्डा ऐलान जिहड़ा वड्डा दावा इन्हां वल्लों कर दिता गया कि हुण निगाह सिद्धी प्रधानमंत्री की कुर्सी पर है। देखना होगा की बनता है। फिलहाल जलंधर जिमनी चोण का नतीजा आम आदमी वाल टुकदा दिखाई दे रहा। बने रहो वन इंडिया पंजाबी नाल, पल पल की जानकारी देंदे रहेंगे। सब्सक्राइब टू वन इंडिया चैनल एंड नेवर मिस एन अपडेट।